हाँ जी दोस्तों, सत श्री अकाल सारे भरावां नूं। दोस्तों वीडियो बना रहा पिंड झेरियांवाली जिला मानसा तो। जेकर झेरियांवाली पिंड की गल करिए मानसा जिले के पै जाता है झनीर तो 10 किलोमीटर की दूरी पर है, तो सिंगो मंडी तो भी 10-12 किलोमीटर की दूरी पर है। तो बाकी बाई तो पुछांगे नीली रावी के झोटी है, सारी जानकारी लैंदे हैं सिंगा सुंगा की। उस तो पहला तुसीं देख लो थाना का भी आप दिखा दें, सन सारा लेवा तुसीं देख सकते हो किन्ने दिन रहिंदे आ सून दे विच। सारी गलबात बाई नूं पुछांगे आपां। तोरियो बाई माड़ी जी, पहला जे कोई वीर चाहवान हुंदा तां बाई दे नाल संपर्क जरूर करियो। तुसीं लेवा वगैरह देख लो सारा जमा उधर ही बन वाला, कोई गल नहीं बाई। पशुआं दा पशु करदे हुंदा, बन लो बाई कोई गल नहीं। इत्थे जाए ਬਾਈ, ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ। ਬਾਈ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ। ਵੀ ਆਪਣਾ ਨਾਮ ਗੁਰਸੇਵ ਸਿੰਘ, ਪਿੰਡ ਝੇਰਿਆਂਵਾਲੀ, ਜ਼ਿਲ੍ਹਾ ਮਾਨਸਾ ਜੀ। ਜ਼ਿਲ੍ਹਾ ਮਾਨਸਾ ਦੋਸਤੋ, ਪਿੰਡ ਝੇਰਿਆਂਵਾਲੀ। ਤੇ ਬਾਈ ਕਿੰਨਵੇਂ ਸੂਏ ਆ ਝੋਟੀ? ਇਹ ਝੋਟੀ ਆਪਣੀ ਤੀਜੇ ਦੇ ਸੂ ਜੀ। ਤੇ ਬਾਈ ਕਿੰਨਾ ਚਿਰ ਰਹੇਗਾ ਸੂਣ ਦੇ ਵਿੱਚ? ਸੂਣ ਦੇ ਮਤਲਬ ਅੱਜ ਰਾਤ ਨੂੰ ਜਾਂ ਕੱਲ ਨੂੰ ਸੂਪੂ ਜੀ। ਬਸ ਮਤਲਬ ਕਿ ਤਿਆਰ ਹੈ ਜੀ ਪੂਰੀ? ਤਿਆਰ ਹੀ ਹੈ ਜੀ ਹੁਣ ਲੱਗ। ਠੀਕ ਹੈ ਬਾਈ, ਦੂਜੇ ਸੂਏ ਦਾ ਦੁੱਧ ਕਿੰਨਾ ਸੀਦਾ? ਦੂਜੇ ਸੂਏ ਜੀ 12 ਪਲੱਸ ਦੁੱਧ ਦਿੱਤਾ ਜੀ। ਦੋਸਤੋ ਦੂਜੇ ਸੂਏ ਦੁੱਧ ਦਿੱਤਾ 12 ਲੀਟਰ ਪਲੱਸ। ਤੀਜੇ ਸੂਏ ਦੇ ਦਿਨ ਪੂਰੇ ਆ ਗਏ, ਅੱਜ ਸੂਪੇ ਕੱਲ ਸੂਪੇ। ਬਾਕੀ ਤੁਸੀਂ ਹਵਾਨਾ ਦੇਖ ਸਕਦੇ ਹੋ, ਆਪਾਂ ਮੂਹਰੋਂ ਵੀ ਦਿਖਾ ਦਿੰਦੇ ਜਿਵੇਂ ਪਿੱਛੇ ਤੋਂ ਪਹਿਲਾਂ ਦਿਖਾਇਆ ਤੁਹਾਨੂੰ। ਸਿੰਘਾਂ ਦੀ ਸਾਰੀ ਬਣਤਰ ਦੇਖ ਲਓ, ਨੀਲੀ 'ਚ ਹੈ ਨਿਸ਼ਾਨੀਆਂ ਸਾਰੀਆਂ, ਤੁਸੀਂ ਦੇਖ ਸਕਦੇ ਹੋ। ਬਾਕੀ ਸਿਰੇ ਬਾਈ ਤੋਂ ਆਪਾਂ ਰੇਟ ਵੀ ਪੁੱਛਾਂਗੇ ਸਾਰਾ। ਬਾਈ ਘਰ ਦੀ ਝੋਟੀ ਹੈ ਜਾਂ ਕਿਵੇਂ ਆ ਗੱਲਬਾਤ? ਦੋਸਤੋ ਕੋਈ ਵੀਰ ਚਾਹਵਾਨ ਹੁੰਦਾ ਨੀਲੀ ਰਾਵੀ ਦਾ, ਅੱਜ ਕੱਲ ਤੁਹਾਨੂੰ ਪਤਾ ਨੀਲੀ ਦਾ ਸ਼ੌਂਕ ਬਹੁਤ ਭਰਾਵਾਂ ਨੂੰ ਹੈ, ਤਾਂ ਬਾਈ ਦੇ ਨਾਲ ਸੰਪਰਕ ਕਰ ਸਕਦੇ ਹੋ। ਬਾਈ ਨੇ ਦੱਸਿਆ ਵੀ 80,000 ਰੁਪਇਆ ਮੰਗ ਹੈ ਸਾਡੀ, 75,000 ਤੱਕ ਅਸੀਂ ਛੱਡਣੀ ਹੈਗੀ। ਬਾਕੀ ਤੁਹਾਨੂੰ ਦੁਬਾਰੇ ਆਪਾਂ ਸਾਰਾ ਦਿਖਾ ਦਿੰਦੇ ਹਾਂ, ਸਿੰਗਾਂ ਦੀ ਬਣਤਰ ਵਗੈਰਾ ਹਵਾਨਾ ਤੁਹਾਨੂੰ ਪਹਿਲਾਂ ਵੀ ਉਹ ਕਰਿਆ, ਦੇਖ ਸਕਦੇ ਹੋ ਅੱਖਾਂ ਵਗੈਰਾ ਸਾਰਾ ਹੈ ਨਾ, ਨਿਸ਼ਾਨੀਆਂ ਤੁਹਾਨੂੰ ਪਤਾ ਲੱਗ ਜੂ। ਕੋਈ ਵੀ ਵੀਰ ਚਾਹ ਬਣਾਉਂਦਾ ਬਾਈ ਦਾ ਨੰਬਰ ਵੀ ਸਕਰੀਨ ਦੇ ਉੱਤੇ ਹੋਊਗਾ, ਬੋਲ ਕੇ ਵੀ ਦੱਸ ਦੂਗਾ। ਬਾਈ ਨੰਬਰ ਦੱਸ ਦਿਓ ਕਿੰਨਾ? 88724-35045। ਗੁਰਸੇਵ ਸਿੰਘ ਦੋਸਤੋ ਨਾਮ ਹੈ, ਜਿਵੇਂ ਆਪਾਂ ਤੁਹਾਨੂੰ ਦੁਬਾਰੇ ਸਾਰੀ ਲੋਕੇਸ਼ਨ ਦੱਸ ਦਿੰਦੇ ਹਾਂ। ਪਿੰਡ ਝੇਰਿਆਂਵਾਲੀ ਝਨੀਰ ਤੋਂ 10-12 ਕਿਲੋਮੀਟਰ ਹੈ, 10-12 ਕਿਲੋਮੀਟਰ ਹੀ ਸਿੰਗੋ ਤੋਂ ਹੈ, ਮਾਨਸਾ ਤੋਂ ਲਗਭਗ 22 ਕਿਲੋਮੀਟਰ ਹੈ, ਅਤੇ ਇੱਧਰ ਸਰਦੂਲਗੜ੍ਹ ਤੋਂ ਵੀ 22-23 ਕਿਲੋਮੀਟਰ ਹੈ। ਧੰਨਵਾਦ ਦੋਸਤੋ, ਜੇ ਕੋਈ ਵੀਰ ਚਾਹਵਾਨ ਹੁੰਦਾ ਸੰਪਰਕ ਕਰਿਓ ਬਾਈ ਨਾਲ, ਅਤੇ ਨਾਲ ਹੀ ਕਿਸੇ ਨੇ ਵੀਡੀਓ ਵੀ ਬਣਾਉਣੀ ਹੁੰਦੀ ਆਪਣੇ ਘਰੇ ਵਿਕਾਊ ਪਸ਼ੂ ਦੀ, ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ, ਆਪਣਾ ਨੰਬਰ ਸਕਰੀਨ ਦੇ ਥੱਲੇ ਲਿਖਿਆ ਹੁੰਦਾ। ਸ਼ੁਕਰੀਆ ਜੀ।